ਤਾਂ ਪੰਜਾਬ ਕਾਂਗਰਸ ਦੀ ਅੰਦਰੂਨੀ ਖਾਨਾ ਜੰਗੀ ਜੋ ਹੈ ਸਮੇਂ ਸਮੇਂ 'ਤੇ ਸਾਹਮਣੇ ਆਉਂਦੀ ਰਹੀ ਹੈ। ਹੁਣ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸ਼ਰਾਬਖਾਨ ਦੇ ਮੁੱਦੇ 'ਤੇ ਜੋ ਸਰਕਾਰ ਨੂੰ ਘੇਰਿਆ ਗਿਆ, ਨਾ ਸਿਰਫ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸਗੋਂ ਸ਼ਮਸ਼ੇਰ ਸਿੰਘ ਦੁੱਲੋਂ ਦੇ ਵੱਲੋਂ ਵੀ, ਤਾਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਸਾਹਮਣੇ ਆਏ ਨੇ। ਉਹਨਾਂ ਨੇ ਸਾਧੂ ਸਿੰਘ ਧਰਮਸੋਤ ਨੇ ਸ਼ਬਦੀ ਹਮਲੇ ਕੀਤੇ ਨੇ। ਉਹਨਾਂ ਨੇ ਕੀ ਕਿਹਾ? ਉਹ ਕਹਿੰਦੇ ਨੇ ਕਿ ਆਪਣੀ ਪਾਰਟੀ ਦੇ ਲਈ ਜ਼ਹਿਰ ਉਗਲਦੇ ਨੇ ਲੋਕ, ਔਰ ਪਾਰਟੀ ਦੇ ਲਈ ਗ੍ਰਹਿਣ ਹੁੰਦੇ ਨੇ ਜੋ ਲੋਕ ਇਸ ਤਰ੍ਹਾਂ ਦਾ ਕੰਮ ਕਰਦੇ ਨੇ, ਦੇਸ਼ ਵਿਰੋਧੀ, ਦੇਸ਼ ਧਰੋਹੀ ਹੁੰਦੇ ਨੇ। ਉਹਨਾਂ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਜਲਦੀ ਹੀ ਦੋਵਾਂ ਦੇ ਖਿਲਾਫ਼ ਕੋਈ ਫੈਸਲਾ ਲਏਗਾ। ਅਤੇ ਉੱਧਰ ਅਮਲੋਹ ਤੋਂ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੁੱਲੋਂ 'ਤੇ ਬੋਲਦੇ ਹੋਏ ਕਿਹਾ ਕਿ ਨਾਰਾਜ਼ਗੀ ਤਾਂ ਹਰ ਕਿਸੇ ਨੂੰ ਹੋ ਸਕਦੀ ਹੈ, ਕਿਸੇ ਨੂੰ ਵੀ ਹੋ ਸਕਦੀ ਹੈ, ਲੇਕਿਨ ਪਬਲਿਕ ਪਲੈਟਫਾਰਮ 'ਤੇ ਜਾ ਕੇ ਆਪਣੀ ਗੱਲ ਜੋ ਕਹਿੰਦਾ ਹੈ ਤਾਂ ਖੁਦ ਦਾ ਵੀ ਨੁਕਸਾਨ ਹੁੰਦਾ ਹੈ। ਮੈਂ ਸਮਝਦਾ ਕਿ ਜਿਹੜੇ ਲੋਕ ਆਪਣੇ ਘਰ 'ਚ ਕਲੇਸ਼ ਰੱਖਦੇ ਨੇ, ਚੰਗੇ ਭਲੇ ਘਰ ਦੇ ਖਿਲਾਫ਼ ਲੋਕਾਂ 'ਚ ਬਾਹਰ ਜਾ ਕੇ ਘਰ ਦੀ ਬਦਨਾਮੀ ਕਰਦੇ ਨੇ, ਉਹ ਘਰ ਵਾਸਤੇ ਗ੍ਰਹਿਣ ਹੁੰਦੇ ਨੇ। ਜਿਹੜੇ ਕਿ ਪਾਰਟੀ ਦੇ ਬੰਦੇ ਆਪਣੀ ਪਾਰਟੀ ਦੀ ਇੱਜ਼ਤ ਉਛਾਲਦੇ ਨੇ, ਆਪਣੇ ਪਾਰਟੀ ਦੇ ਖਿਲਾਫ਼ ਬੋਲਦੇ ਨੇ, ਪਾਰਟੀ 'ਚ ਰਹਿ ਕੇ ਉਹ ਪਾਰਟੀ ਵਾਸਤੇ ਗ੍ਰਹਿਣ ਹੁੰਦੇ ਨੇ। ਆਪਣਾ ਦੁੱਲੋ ਅਤੇ ਪ੍ਰਤਾਪ ਬਾਜਵਾ ਛੱਡੋ, ਉਹ ਤਾਂ ਹੈ ਹੀ, ਬਾਕੀ ਵੀ ਜਿਹੜਾ ਕੋਈ ਪਾਰਟੀ ਦੇ ਵਿੱਚ ਰਹਿ ਕੇ ਬੋਲਦਾ ਹੈ ਉਹਨੂੰ ਅਨੁਸ਼ਾਸਨ 'ਚ ਰਹਿਣਾ ਚਾਹੀਦਾ ਹੈ। ਬਾਕੀ ਸੋਨੀਆ ਗਾਂਧੀ ਜੀ ਨੇ, ਰਾਹੁਲ ਗਾਂਧੀ ਜੀ ਨੇ ਫੈਸਲਾ ਲੈਣਾ, ਉਹ ਸਹੀ ਫੈਸਲਾ ਲੈਣਾ। ਦੇਖੋ, ਮੈਂ ਸਮਝਦਾ ਇਸ 'ਤੇ ਤਕਰੀਰ ਬਾਜਵਾ ਸਾਹਿਬ ਵੀ ਕਰ ਸਕਦੇ, ਉਹਨਾਂ ਨੇ ਕੀਤੀ ਵੀ ਹੈ, ਲੇਕਿਨ ਮੈਂ ਸਮਝਦਾ ਰਾਜਨੀਤੀ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਵੈਂਡੇਟਾ ਰਾਜਨੀਤੀ 'ਚ ਕੋਈ ਵੀ ਕਰਦਾ ਉਸਦਾ ਨੁਕਸਾਨ ਹੀ ਹੁੰਦਾ।